ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਬਾਰਡ ਅਟੈਂਡੈਂਡੈਂਟ ਦਾ ਪੇਪਰ ਫਿੱਲ ਕੀਤਾ ਸੀ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਦੱਸੋ ਕੋਈ ਅਪਡੇਟ ਕਦੋਂ ਪੇਪਰ ਹੋਏਗਾ ਕੋਈ ਵੀ ਅਪਡੇਟ ਨਹੀਂ ਆ ਰਹੀ ਸੀ ਤਾਂ ਹੀ ਮੈਂ ਤੁਹਾਨੂੰ ਦੱਸਿਆ ਨਹੀਂ ਕਿਉਂਕਿ ਮੈਂ ਸਹੀ ਜਾਣਕਾਰੀ ਲੈ ਕੇ ਆਉਣਾ ਤੁਹਾਡੇ ਸਾਹਮਣੇ ਇੱਕ ਲੈਟਰ ਆਇਆ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ ਇਹ ਇਸ ਨੂੰ ਮੈਂ ਪੰਜਾਬੀ ਦੇ ਵਿੱਚ ਵੀ ਟਰਾਂਸਲੇਟ ਕੀਤਾ ਹੈ ਪੂਰਾ ਲੈਟਰ ਕੀ ਹੈ ਆਪਾਂ ਦੇਖਾਂਗੇ ਠੀਕ ਹੈ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਲਿਓ ਅਤੇ ਟੈਲੀਗ੍ਰਾਮ ਸਾਰੇ ਜਣੇ ਜਰੂਰ ਜੁਆਇਨ ਕਰਿਓ ਟੈਲੀਗ੍ਰਾਮ ਜੁਆਇਨ ਕਰਨਾ ਬਹੁਤ ਜ਼ਰੂਰੀ ਹੈ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਜਾਂ ਫਿਰ ਸਰਚ ਕਰ ਲਿਓ ਟੈਲੀਗ੍ਰਾਮ ਦੇ ਉੱਤੇ ਜੀਕੇ ਫੈਕਟਸ ਚੈਨਲ ਨੂੰ ਠੀਕ ਹੈ ਹੁਣ ਆਪਾਂ ਮੁੱਦੇ ਦੀ ਗੱਲ ਕਰਦੇ ਹਾਂ ਬਾਬਾ ਫਰੀਦ ਯੂਨੀਵਰਸਿਟੀ ਨੇ ਇਹ ਲੈਟਰ ਸਾਰੇ ਡਿਪਟੀ ਕਮਿਸ਼ਨਰਾਂ ਜੋ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਨੂੰ ਇਹ ਲੈਟਰ ਲਿਖਿਆ ਹੈ ਠੀਕ ਹੈ ਇਸ ਦੇ ਵਿੱਚ ਕੀ ਹੈ ਅ ਇਸ ਦੇ ਵਿੱਚ ਮੀਟਿੰਗ ਹੋਈ ਹੈ 4 ਤਰੀਕ ਨੂੰ ਠੀਕ ਹੈ ਵੀਡੀਓ ਕਾਨਫਰੈਂਸ ਰਾਹੀਂ ਇਹ ਮੀਟਿੰਗ ਹੋਈ ਹੈ ਪੇਪਰ ਦੀ ਜਿਹੜੀ ਮਿਤੀ ਹੈ ਉਸ ਦੇ ਸਬੰਧ ਦੇ ਵਿੱਚ ਪ੍ਰੀਖਿਆ ਜੋ ਲੈਣੀ ਹੈ ਤੁਹਾਡੀ ਬਾਰਡ ਟੈਂਡਰਡ ਦੀ ਉਸ ਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਗਈ ਸੀ ਠੀਕ ਹੈ ਇਸ ਦੇ ਵਿੱਚ ਲੈਟਰ ਵਿੱਚ ਕੀ ਲਿਖਿਆ ਕਿ ਬਾਰਡ ਟੈਂਡਰਡ ਦੀ ਜਿਹੜੀਆਂ 800 ਅਸਾਮੀਆਂ ਲਈ ਭਰਤੀ ਕੱਢੀ ਗਈ ਸੀ ਕੋਵਿਡ ਕਰਕੇ ਉਹ ਨਹੀਂ ਲਈ ਜਾ ਸਕੀ ਠੀਕ ਹੈ ਪਹਿਲਾਂ ਡੇਟ ਅਨਾਉਂਸ ਹੋ ਚੁੱਕੀ ਸੀ ਪਰ ਕੋਵਿਡ ਕਰਕੇ ਉਹ ਨਹੀਂ ਪੂਰੀ ਹੋ ਸਕੀ ਸੀ ਪਰ ਹੁਣ ਨਵੰਬਰ 2021 ਦੇ ਦੂਜੇ ਜਾਂ ਤੀਜੇ ਹਫਤੇ ਵਿੱਚ ਇਹ ਪ੍ਰੀਖਿਆ ਹੋ ਸਕਦੀ ਹੈ ਮਤਲਬ ਤੁਸੀਂ ਚਲੋ ਮੰਨ ਕੇ ਚਲੋ ਕਿ 15 ਨਵੰਬਰ ਤੋਂ ਬਾਅਦ ਜਾਂ 20 ਨਵੰਬਰ ਦੇ ਆਸ-ਪਾਸ ਤੁਹਾਡੀ ਇਹ ਭਰਤੀ ਜਿਹੜੀ ਪ੍ਰੀਖਿਆ ਏ ਇਹ ਹੋ ਜਾਣੀ ਹੈ ਵਾਰਡ ਅਟੈਂਡੈਂਟ ਦੀ ਸੋ ਜਿਨ੍ਹਾਂ ਨੇ ਵੀ ਪੇਪਰ ਫਿਲ ਕੀਤਾ ਹੈ ਸਾਰੇ ਆਪਣੀ ਤਿਆਰੀ ਸ਼ੁਰੂ ਕਰ ਦਿਓ ਮੈਂ ਪਲੇਲਿਸਟ ਵੀ ਬਣਾਈ ਹੋਈ ਹੈ ਉੱਥੇ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦਿਓ ਬਹੁਤ ਛੇਤੀ ਮੈਂ ਨਵੀਆਂ ਵੀਡੀਓਜ਼ ਵੀ ਲੈ ਕੇ ਆਉਂਗਾ ਤੁਹਾਡੇ ਲਈ ਮੋਕ ਟੈਸਟ ਵੀ ਬਣਾਉਂਗਾ ਠੀਕ ਹੈ ਸੋ ਸਾਰੇ ਜਣੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਾਕੀ ਹੋਰ ਇਸ ਦੇ ਵਿੱਚ ਕੀ ਲਿਖਿਆ ਏ ਸਾਰਾ ਕੁਝ ਧਿਆਨ ਨਾਲ ਦੇਖੋ ਕਿਉਂਕਿ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਠੀਕ ਹੈ ਸੋ ਇਨਆਇ ਨੇ ਲਿਖਿਆ ਕਿ 5 ਜਾਂ 10000 ਉਮੀਦਵਾਰਾਂ ਨੂੰ ਹਰੇਕ ਜ਼ਿਲ੍ਹੇ ਵਿੱਚ ਖੁੱਲੀ ਥਾਂ ਉਤੇ ਰੱਖਿਆ ਜਾਵੇ ਮਤਲਬ ਕਿ 1.5 ਲੱਖ ਦੇ ਕਰੀਬ ਉਮੀਦਵਾਰਾਂ ਨੇ ਇਹ ਟੈਸਟ ਆ ਹੋ ਸਕਦਾ ਹੈ ਕਿ ਦੇਣਾ ਹੈ ਠੀਕ ਹੈ ਕਾਫੀ ਜ਼ਿਆਦਾ ਕੈਂਡੀਡੇਟਸ ਨੇ ਇਹ ਪੋਸਟਾਂ ਫਿਲ ਕੀਤੀਆਂ ਸੀ ਸੋ ਇਹਨਾਂ ਦੇ ਸਬੰਧ ਵਿੱਚ ਇਹ ਲੈਟਰ ਦੇ ਵਿੱਚ ਸਾਰਾ ਕੁਝ ਲਿਖਿਆ ਗਿਆ ਹੈ ਜੋ ਵੀ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹਿਆਂ ਦੇ ਨੂੰ ਤਾਂ ਕਿ ਉਹਨਾਂ ਨੂੰ ਸਪੇਸ ਮਿਲ ਸਕੇ ਤਾ ਜੋ ਇੰਨੀ ਜੋ ਜਾਦਾ ਕੈਂਡੀਡੇਟਸ ਆ 1.5 ਲੱਖ ਇਹਨਾਂ ਦਾ ਸਬਦਾ ਇਗਜ਼ਾਮ ਹੋ ਸਕੇ ਠੀਕ ਹੈ ਬਾਕੀ ਇਹਦੇ ਵਿੱਚ ਹੋਰ ਕੀ ਕਿਹੜੇ ਕਿਹੜੇ ਮੁੱਦਿਆਂ ਦੇ ਚਰਚਾ ਹੋਈ ਹੈ ਮੀਟਿੰਗ ਵਿੱਚ ਹਰੇਕ ਜ਼ਿਲ੍ਹੇ ਵਿੱਚ ਕਿੰਨੇ ਸਟੇਡੀਅਮ ਆ ਕਿੰਨੀਆਂ ਖੁੱਲੀਆਂ ਖੇਤਾਂ ਆ ਵੱਡੇ ਵੱਡੇ ਕਾਲਜ ਆ ਸਕੂਲ ਕਿਹੜੇ ਕਿਹੜੇ ਆ ਜਿੱਤੇ 5000 ਦਾ 10000 ਕੈਂਡੀਡੇਟ ਆ ਸਕਣ ਠੀਕ ਹੈ ਤਾਂ ਜੋ ਬਿਨਾਂ ਕਿਸੇ ਰੁਕਾਵਟ ਤੋਂ ਇਹ ਪੇਪਰ ਹੋ ਸਕੇ ਠੀਕ ਹੈ ਬਾਕੀ ਮੈਂ ਪਲੇਲਿਸਟ ਬਣਾਈ ਹੋਈ ਹੈ ਵਾਰਡ ਰਟਨਲ ਦੀ ਉੱਥੇ ਜਾ ਕੇ ਵੀਡੀਓਸ ਨੂੰ ਦੇਖਣਾ ਸ਼ੁਰੂ ਕਰ ਦੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਡੀ ਤਿਆਰੀ ਫਿਰ ਤੋਂ ਵਧੀਆ ਕਰਵਾ ਦੂੰਗਾ ਠੀਕ ਹੈ ਸੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਹੋਰ ਕੋਈ ਵੀ ਅਪਡੇਟ ਹੁੰਦਾ ਇਹ ਸਭ ਤੋਂ ਪਹਿਲਾਂ ਮੈਂ ਵੀਡੀਓ ਪਾ ਕੇ ਤੁਹਾਨੂੰ ਦੱਸੂੰਗਾ ਟੈਲੀਗ੍ਰam ਤੇ ਵੀ ਪਾ ਦੂੰਗਾ ਟੈਲੀਗ੍ਰam ਸਾਰੇ ਜਣੇ ਜ਼ਰੂਰ ਜੁਆਇਨ ਕਰਿਓ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਜਾਂ ਫਿਰ ਸਰਚ ਕਰ ਲਿਓ ਟੈਲੀਗ੍ਰam ਨੂੰ ਸੌਰੀ ਟੈਲੀਗ੍ਰam ਦੇ ਉੱਤੇ ਜੀਕੇ ਫੈਕਟਸ ਚੈਨਲ ਨੂੰ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ